بسم اللہ الرحمن الرحیم۔ السلام علیکم ویورز، تسی ویکھ رہے ہو اپنا یوٹیوب چینل پاک پنجاب ٹی وی، تے میں ہاں تہاڈا دوست عبد الواحد۔ سب تو پہلے جنہاں دوستاں نے اپنا چینل سبسکرائب نہیں کیتا، انہاں اگے ریکویسٹ ہے کہ اپنے چینل نوں کرو سبسکرائب، تے نال بیل آئیکن نوں کرو اوکے، تاکہ ساڈی اگلی ویڈیو دا نوٹیفکیشن تہاڈے تک پہنچے، تسی او ویڈیو ویکھ سکو سب تو پہلے۔ امید ہے کہ سب دوست ماشاءاللہ بالکل ٹھیک تے خیریت نال ہون گے۔ دوستو، اج میں تہاڈے واسطے ماشاءاللہ ضلع چکوال، تحصیل چکوال، چکوال شہر تو 6 کلومیٹر فاصلہ، موزہ بھون روڈ تو 2 کلومیٹر فاصلہ، دوستو مین جی ٹی روڈ تو صرف 2 کلومیٹر اندر آ کے، چکوال شہر تو صرف 6 کلومیٹر فاصلہ۔ دوستو، اس نال ہی ریلوے لائن ہے پرانی، ਤੁਹਾਨੂੰ ਪ੍ਰਾਵਣ ਮੈਂ ਚਾੜੀਆਂ ਦਿਖਾ ਰਿਹਾ। ਦੋਸਤੋ, ਇਹ ਰਕਬਾ ਆਪਾਂ ਨੂੰ ਸ਼ਾਹ ਸਾਹਿਬ ਨੇ ਸੈੱਟ ਕੀਤਾ ਹੈ, ਇੰਤਹਾਈ ਪਲੈਨ ਭਰਾਵਾਂ ਸਾਹਮਣੇ ਹੱਲ ਲੱਗਿਆ, ਵਿੱਚ ਜ਼ਮੀਨ ਵਾਹੀ ਪਈ ਹੈ, 44 ਕਨਾਲ ਤੋਂ ਉੱਪਰ ਦੋਸਤੋ ਜ਼ਮੀਨ ਹੈ, ਤਕਰੀਬਨ 44 ਕਨਾਲ 6-7 ਮਰਲੇ। ਦੋਸਤੋ, ਆਪਾਂ ਨੂੰ ਸ਼ਾਹ ਸਾਹਿਬ ਨੇ ਸੈਂਡ ਕੀਤਾ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਭਰਾਵਾਂ ਨੂੰ ਦੱਸਦਾ ਹੁੰਦਾ ਕਿ ਸ਼ਾਹ ਸਾਹਿਬ ਨੇ ਆਪਣਾ ਇੱਕ ਚੈਨਲ ਬਣਾਇਆ, ਸ਼ਾਹ ਜੀ ਪ੍ਰਾਪਰਟੀ ਨਾਮਾ। ਤੁਸੀਂ ਦੋਸਤੋ ਸ਼ਾਹ ਸਾਹਿਬ ਦਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਨਾ, ਕਿਉਂਕਿ ਤੁਹਾਡੇ ਭਰਾਵਾਂ ਦੇ ਤਾਵਨ ਨਾਲ ਹੀ ਜਿਹੜਾ ਕਿ ਸ਼ਾਹ ਸਾਹਿਬ ਦਾ ਚੈਨਲ ਚੱਲਣਾ। ਦੋਸਤੋ, ਸ਼ਾਹ ਜੀ ਪ੍ਰਾਪਰਟੀ ਨਾਮਾ, ਦੋਸਤੋ ਉਹਦਾ ਲਿੰਕ ਤੁਹਾਨੂੰ ਇਸ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਬਾਕੀ ਦੋਸਤੋ, ਕੋਈ ਵੀ ਇਸ ਰਕਬੇ ਦੇ ਬਾਰੇ 'ਚ ਗੱਲਬਾਤ ਰਹਿ ਜਾਵੇ, ਕਿਉਂਕਿ ਮੈਨੂੰ ਸ਼ਾਹ ਸਾਹਿਬ ਨੇ ਸੈਂਡ ਕੀਤਾ ਹੈ, ਤੁਹਾਨੂੰ ਕੁਛ ਦੇਰ ਬਾਅਦ ਸ਼ਾਹ ਸਾਹਿਬ ਦਾ ਵਟਸਐਪ ਨੰਬਰ ਸਾਹਮਣੇ ਸਕਰੀਨ 'ਤੇ ਨਜ਼ਰ ਆ ਜਾਏਗਾ, ਤੁਸੀਂ ਡਾਇਰੈਕਟ ਰਾਬਤਾ ਕਰਨਾ ਸ਼ਾਹ ਸਾਹਿਬ ਕੋਲ, ਕਿਉਂਕਿ ਸ਼ਾਹ ਸਾਹਿਬ ਕੋਲ ਮਾਸ਼ਾਅੱਲਾ ਇਸ ਤੋਂ ਇਲਾਵਾ ਹੋਰ ਵੀ ਰਕਬੇ ਦਸਤਿਆਬ ਹਨ ਉਸ ਇਲਾਕੇ ਦੇ ਵਿੱਚ। ਦੋਸਤੋ, ਇਹ ਰਕਬਾ ਤੁਹਾਡੇ ਸਾਹਮਣੇ ਬਿਲਕੁਲ ਪੱਧਰਾ, ਬਿਲਕੁਲ ਪਲੈਨ, ਉੱਚਾ ਨੀਵਾਂ ਨਹੀਂ ਹੈਗਾ। ਖਾਸ ਗੱਲ ਇਹ ਕਿ ਸਾਹਮਣੇ ਭਰਾਵਾਂ ਨੂੰ ਦਿਖਾ ਰਹੇ ਹਾਂ, ਸ਼ਾਹ ਸਾਹਿਬ ਦਿਖਾ ਰਹੇ ਨੇ, ਇਹਦੇ ਵਿੱਚ ਡੇਰਾ ਵੀ ਹੈਗਾ ਹੈ। ਦੋਸਤੋ, ਰਕਬਾ ਬੀਮਾ ਡੇਰਾ ਹੈ, ਡੇਰੇ ਦੇ ਪੈਸੇ ਅਲੱਗ ਨਹੀਂ ਹੋਣੇ, ਮਲਬੇ ਦੇ ਪੈਸੇ ਅਲੱਗ ਨਹੀਂ ਹੋਣੇ, ਬਿਜਲੀ ਮੌਕੇ 'ਤੇ ਮੌਜੂਦ ਹੈ, ਮਾਸ਼ਾਅੱਲਾ 2 ਟਰਾਂਸਫਾਰਮ ਮੌਕੇ 'ਤੇ ਮੌਜੂਦ ਨੇ ਇਸ ਰਕਬੇ ਦੇ, ਮਿੱਠਾ ਪਾਣੀ ਹੈ, ਸ਼ਾਹ ਸਾਹਿਬ ਦੀ ਗਰੰਟੀ ਹੈ। ਬਾਕੀ ਦੋਸਤੋ, ਇਹ 44 ਕਨਾਲ ਤਕਰੀਬਨ ਕੋਈ 6-7 ਮਰਲੇ ਉੱਪਰ, ਇੱਕ ਹੀ ਬੰਦੇ ਦੇ ਨਾਂ 'ਤੇ ਜ਼ਮੀਨ ਹੈ, ਰਜਿਸਟਰੀ ਇੰਤਕਾਲ ਕਬਜ਼ਾ ਮੌਕੇ 'ਤੇ, ਲੇਕਿਨ ਦੋਸਤੋ ਸ਼ਾਹ ਸਾਹਿਬ ਦਾ ਕਹਿਣਾ ਕਿ ਜ਼ਮੀਨ ਆਪਾਂ ਨੂੰ ਮੁਕੰਮਲ ਹੀ ਮਿਲੇਗੀ, ਕਿਉਂਕਿ ਇੱਕ ਬੰਦੇ ਦੇ ਨਾਂ 'ਤੇ ਉਹਨੇ 44 ਕਨਾਲ ਜ਼ਮੀਨ ਮੁਕੰਮਲ ਦੇਣੀ ਹੈ ਬੀਮਾ ਡੇਰਾ। ਦੋਸਤੋ, ਡੇਰਾ ਇਸ ਜ਼ਮੀਨ ਦੇ ਅੰਦਰ ਮੌਜੂਦ ਹੈ, ਆਪਾਂ ਜ਼ਮੀਨ ਦੇ ਵਿੱਚ ਹੀ ਲੈ ਲੈਣਾ, ਪੈਸੇ ਅਲੱਗ ਨਹੀਂ ਹੋਣੇ। ਦੋਸਤੋ, ਇਸ ਰਕਬੇ ਦੀ ਡਿਮਾਂਡ ਕੀਤੀ ਮਾਲਕ ਨੇ 30 ਕਨਾਲ 3 ਲੱਖ ਰੁਪਇਆ। ਦੋਸਤੋ, 3 ਲੱਖ ਰੁਪਇਆ 30 ਕਨਾਲ ਡਿਮਾਂਡ ਹੈ। ਦੋਸਤੋ, ਡਿਮਾਂਡ ਕੋਈ ਪੱਕੀ ਨਹੀਂ ਹੁੰਦੀ, ਕਿਸੇ ਵੀ ਰਕਬੇ ਦੀ ਡਿਮਾਂਡ ਦੋਸਤੋ ਕਲੀਅਰ ਨਹੀਂ ਹੁੰਦੀ, ਪੱਕੀ ਨਹੀਂ ਹੁੰਦੀ, ਮੌਕੇ 'ਤੇ ਪਿਆਰ ਮੁਹੱਬਤ ਹੋ ਜਾਏਗਾ। ਸ਼ਾਹ ਸਾਹਿਬ ਦਾ ਕਹਿਣਾ ਹੈ ਕਿ 3 ਲੱਖ ਰੁਪਇਆ ਡਿਮਾਂਡ ਹੈ, ਲੇਕਿਨ ਜਿਹੜਾ ਭਾਈ ਖਰੀਦੇਗਾ, ਮੌਕੇ 'ਤੇ ਆਵੇਗਾ, ਇਹ ਜ਼ਮੀਨ ਦੇਖੇਗਾ, ਆ ਕੇ ਡਾਇਰੈਕਟ ਮਾਲਕ ਦੇ ਨਾਲ ਗੱਲਬਾਤ ਹੋਏਗੀ, ਅਤੇ ਪਿਆਰ ਮੁਹੱਬਤ ਕਮੀ ਪੇਸ਼ੀ ਹੋ ਜਾਏਗਾ। ਬਾਕੀ ਦੋਸਤੋ, ਤੁਸੀਂ ਇਹ ਨਹੀਂ ਸਮਝਣਾ ਕਿ ਰਕਬਾ ਆਸ ਪਾਸ ਬਹੁਤ ਦੂਰ ਹੈ, ਆਸ ਪਾਸ ਕੋਈ ਲੋਕ ਨਹੀਂ ਰਹਿੰਦੇ। ਦੋਸਤੋ, ਇਹਦੇ ਆਸ ਪਾਸ ਪਿੰਡ ਹੈ ਨੇ, ਆਬਾਦੀਆਂ ਹੈ ਨੇ। ਦੋਸਤੋ, ਕੀ ਵਿਹਲੀ ਜਗ੍ਹਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੀਆਂ ਬਾਨ, ਦੋਸਤੋ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ। ਰੇਲਵੇ ਲਾਈਨ ਵੀ ਬਿਲਕੁਲ ਕਰੀਬ ਹੈਗੀ, ਇੱਥੋਂ ਜਾ ਰਹੀ ਹੈ, ਆਸ ਪਾਸ ਪਿੰਡ ਹੈ ਨੇ, ਆਬਾਦੀ ਹੈ ਨੇ। ਦੋਸਤੋ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ। ਸ਼ਾਹ ਸਾਹਿਬ ਦਾ ਕਹਿਣਾ ਹੈ ਕਿ ਬਿਲਕੁਲ ਸਾਫ ਆਬਾਦੀ ਵਾਲੀ ਜ਼ਮੀਨ ਹੈ, ਇੱਥੇ ਆਪਾਂ ਕਲੋਨੀ ਕੱਟ ਸਕਦੇ ਹਾਂ। ਬਾਕੀ ਦੋਸਤੋ, ਮੈਂ ਤੁਹਾਨੂੰ ਭਰਾਵਾਂ ਨੂੰ ਇੱਕ ਦਫ਼ਾ ਫਿਰ ਕਹਿਣਾ ਚਾਹਣਾ ਕਿ ਸ਼ਾਹ ਸਾਹਿਬ ਦਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਨਾ ਹੈ। ਤੁਹਾਨੂੰ ਭਰਾਵਾਂ ਨੂੰ ਇਸ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਸ਼ਾਹ ਸਾਹਿਬ ਦਾ ਨੰਬਰ ਨਜ਼ਰ ਆ ਜਾਏਗਾ। ਦੋਸਤੋ, ਸ਼ਾਹ ਸਾਹਿਬ ਦਾ ਵਟਸਐਪ ਨੰਬਰ ਤੁਹਾਨੂੰ ਸਾਹਮਣੇ ਸਕਰੀਨ 'ਤੇ ਨਜ਼ਰ ਆ ਗਿਆ ਸੀ। ਦੋਸਤੋ, ਉਹਨਾਂ ਦੇ ਚੈਨਲ ਦਾ ਲਿੰਕ ਤੁਹਾਨੂੰ ਇਸ ਮੂਵੀ ਦੀ
ڈسکرپشن دے وچ مل جائے گا۔ دوستو، یہ زمین کاشت واسطے بالکل تیار کیتی گئی ہے، بالکل کاشت واسطے تیار پئی ہے۔ دوستو، انشاءاللہ تعالیٰ ملیں گے اگلی ویڈیو تے۔ خدا حافظ۔